ਦਵਿੰਦਰ ਬੰਬੀਹਾ ਦੇ ਨਾਲ ਜੁੜੇ ਕਈ ਕਿੱਸੇ ਨੇ ਜਿਨ੍ਹਾਂ ਬਾਰੇ ਤੁਹਾਡੇ ਨਾਲ ਕਈ ਵਾਰੀ ਜਾਣਕਾਰੀ ਸਾਂਝੀ ਕਰ ਚੁੱਕੇ ਹਾਂ ਕਿ ਉਹ ਗੈਂਗਸਟਰ ਕਿਵੇਂ ਬਣਿਆ, ਕਿਉਂ ਰਵੀ ਖਵਾਜਕੇ ਦਾ ਕਤਲ ਕੀਤਾ, ਲੋਰੈਂਸ ਅਤੇ ਜੱਗੂ ਭਗਵਾਨਪੁਰੀਆ ਨਾਲ ਕਿਉਂ ਦੁਸ਼ਮਣੀ ਸ਼ੁਰੂ ਹੋਈ ਅਤੇ ਦਵਿੰਦਰ ਦੇ ਐਨਕਾਊਂਟਰ ਤੋਂ ਕੁਝ ਘੰਟੇ ਪਹਿਲਾਂ ਕੀ ਹੋਇਆ ਸੀ। ਡਿਸਕ੍ਰਿਪਸ਼ਨ ਬਾਕਸ 'ਚ ਦਿੱਤੇ ਲਿੰਕ ਰਾਹੀਂ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਇਹ ਵੀਡੀਓਜ਼ ਨਹੀਂ ਦੇਖੀਆਂ। ਦਵਿੰਦਰ ਦਾ ਜਦੋਂ ਪੁਲਿਸ ਵੱਲੋਂ ਬਠਿੰਡਾ ਦੇ ਰਾਮਪੁਰਾ ਫੂਲ 'ਚ ਐਨਕਾਊਂਟਰ ਕੀਤਾ ਗਿਆ ਤਾਂ ਪੁਲਿਸ ਉਸ ਦੇ ਨਾਲ ਜੁੜੇ ਉਸ ਦੇ ਸਾਥੀ ਗੈਂਗਸਟਰਾਂ ਦੇ ਖਾਤਮੇ ਲਈ ਵੀ ਛਾਪੇਮਾਰੀ ਕਰ ਰਹੀ ਸੀ। ਦਵਿੰਦਰ ਦੇ ਸਾਥੀ ਕਮਲਜੀਤ ਸਿੰਘ ਉਰਫ ਬੰਟੀ ਢਿੱਲੋਂ, ਜਸਪ੍ਰੀਤ ਸਿੰਘ ਉਰਫ ਜੰਪੀ ਡਾਊਨ ਅਤੇ ਨਿਸ਼ਾਨ ਸਿੰਘ ਦੀ ਭਾਲ ਕਰ ਰਹੀ ਸੀ। ਇਹਨਾਂ 'ਚੋਂ ਬੰਟੀ ਢਿੱਲੋਂ ਅਤੇ ਜੰਪੀ ਡਾਊਨ ਏ ਕੈਟਾਗਰੀ ਦੇ ਗੈਂਗਸਟਰ ਸੀ। ਦਵਿੰਦਰ ਦੇ ਐਨਕਾਊਂਟਰ ਮਗਰੋਂ ਇਹ ਤਿੰਨੋਂ ਗੈਂਗਸਟਰ ਵਿੱਕੀ ਗੌਂਡਰ ਗਰੁੱਪ ਦੇ ਨਾਲ ਜੁੜ ਗਏ ਅਤੇ ਵਿੱਕੀ ਲਈ ਕੰਮ ਕਰਨ ਲੱਗੇ। ਇਹਨਾਂ ਨੂੰ ਲੱਭਣ ਲਈ ਪੰਜਾਬ ਦੇ ਕਈ ਪਿੰਡਾਂ 'ਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ। ਤਿੰਨਾਂ ਗੈਂਗਸਟਰਾਂ ਨੂੰ ਪਤਾ ਸੀ ਕਿ ਦਵਿੰਦਰ ਵਾਂਗੂ ਇਹਨਾਂ ਦਾ ਵੀ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਜਾਏਗਾ ਅਤੇ ਜੇ ਪੰਜਾਬ 'ਚ ਰਹੇ ਤਾਂ 24 ਘੰਟੇ ਮੌਤ ਇਹਨਾਂ ਦੇ ਸਿਰ 'ਤੇ ਮੰਡਰਾਉਂਦੀ ਰਹੇਗੀ। ਜਿਸ ਤੋਂ ਬਾਅਦ ਜੰਪੀ ਡਾਊਨ ਅਤੇ ਬੰਟੀ ਢਿੱਲੋਂ ਨੇ ਸਾਥੀ ਗੈਂਗਸਟਰ ਸ਼ਰਣੀ ਜੋ ਕਿ ਜੇਲ੍ਹ 'ਚ ਬੰਦ ਸੀ ਉਸ ਕੋਲੋਂ ਲੁਕਣ ਦੀ ਥਾਂ ਦਾ ਇੰਤਜ਼ਾਮ ਕਰਨ ਲਈ ਕਿਹਾ। ਜਿਸ ਤੋਂ ਬਾਅਦ ਜੇਲ੍ਹ 'ਚ ਬੰਦ ਗੈਂਗਸਟਰ ਨੇ ਹਰਿਆਣਾ ਡੱਬਵਾਲੀ ਦੇ ਪਿੰਡ ਸੁਖੇੜਾ ਖੇੜਾ 'ਚ ਆਪਣੇ ਮਾਸੀ ਦੇ ਘਰ ਇਹਨਾਂ ਤਿੰਨਾਂ ਗੈਂਗਸਟਰਾਂ ਦੇ ਲੁਕਣ ਦਾ ਇੰਤਜ਼ਾਮ ਕੀਤਾ। ਫਰੀਦਕੋਟ ਪੁਲਿਸ ਜੋ ਪੰਜਾਬ 'ਚ ਇਹਨਾਂ ਤਿੰਨਾਂ ਦੀ ਭਾਲ 'ਚ ਲੱਗੀ ਹੋਈ ਸੀ, ਪੁਲਿਸ ਨੂੰ ਸੂਹ ਮਿਲਦੀ ਹੈ ਕਿ ਇਹ ਤਿੰਨੋਂ ਗੈਂਗਸਟਰ ਹਰਿਆਣਾ ਡੱਬਵਾਲੀ ਦੇ ਇੱਕ ਪਿੰਡ 'ਚ ਬਣੇ ਨਵੇਂ ਘਰ 'ਚ ਲੁਕੇ ਹੋਏ ਨੇ। 13 ਜੂਨ 2017 ਨੂੰ ਫਰੀਦਕੋਟ ਪੁਲਿਸ ਨੇ ਸੂਹ ਮਿਲਣ ਤੋਂ ਬਾਅਦ ਡੱਬਵਾਲੀ ਦੇ ਪਿੰਡ ਸੁਖੇੜਾ ਖੇੜਾ 'ਚ ਬਣੇ ਘਰ ਨੂੰ ਸਵੇਰੇ 4 ਵਜੇ ਹੀ ਘੇਰਾ ਪਾ ਲਿਆ, ਜਿਸ ਤੋਂ ਬਾਅਦ ਗੈਂਗਸਟਰਾਂ ਨੂੰ ਸਰੈਂਡਰ ਕਰਨ ਲਈ ਕਿਹਾ, ਪਰ ਤਿੰਨਾਂ ਦੇ ਵੱਲੋਂ ਪੁਲਿਸ ਪਾਰਟੀ ਉੱਪਰ ਫਾਇਰਿੰਗ ਕੀਤੀ ਜਾਂਦੀ ਹੈ। ਜਵਾਬੀ ਕਾਰਵਾਈ 'ਚ ਪੁਲਿਸ ਪਾਰਟੀ ਦੇ ਵੱਲੋਂ ਵੀ ਗੈਂਗਸਟਰਾਂ 'ਤੇ ਗੋਲੀਬਾਰੀ ਕੀਤੀ ਗਈ, ਪਰ ਕੁਝ ਦੇਰ ਬਾਅਦ ਗੈਂਗਸਟਰਾਂ ਦੇ ਵੱਲੋਂ ਫਾਇਰਿੰਗ ਰੁਕ ਜਾਂਦੀ ਹੈ, ਜਿਸ ਤੋਂ ਬਾਅਦ ਪੁਲਿਸ ਪਾਰਟੀ ਜਦੋਂ ਘਰ ਅੰਦਰ ਦਾਖਲ ਹੁੰਦੀ ਹੈ ਤਾਂ ਦੇਖਦੀ ਹੈ ਕਿ 3 ਗੈਂਗਸਟਰਾਂ 'ਚੋਂ 2 ਦੀ ਮੌਤ ਹੋ ਚੁੱਕੀ ਹੈ, ਜਦਕਿ 1 ਦੇ ਸਾਹ ਚੱਲ ਰਹੇ ਨੇ। ਪੁਲਿਸ ਗੈਂਗਸਟਰ ਨਿਸ਼ਾਨ ਸਿੰਘ ਨੂੰ ਹਸਪਤਾਲ ਲੈ ਕੇ ਜਾਂਦੀ ਹੈ, ਪਰ ਉਸ ਦੀ ਇਲਾਜ ਦੌਰਾਨ ਮੌਤ ਹੋ ਜਾਂਦੀ ਹੈ। ਮੌਕੇ 'ਤੇ ਬਣੇ ਹਾਲਾਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਪੁਲਿਸ ਇਸ ਨਤੀਜੇ 'ਤੇ ਪਹੁੰਚਦੀ ਹੈ ਕਿ ਪੁਲਿਸ ਕੋਲੋਂ ਬਚਣ ਦਾ ਕੋਈ ਰਸਤਾ ਨਜ਼ਰ ਨਾ ਆਉਣ 'ਤੇ ਤਿੰਨਾਂ ਨੇ ਮਰਨ ਦਾ ਫੈਸਲਾ ਕੀਤਾ ਅਤੇ ਹੋ ਸਕਦਾ ਜੰਪੀ ਜਾਂ ਫਿਰ ਬੰਟੀ ਨੇ ਨਿਸ਼ਾਨ ਸਿੰਘ 'ਤੇ ਗੋਲੀ ਚਲਾਈ ਹੋਵੇ ਅਤੇ ਉਸਨੂੰ ਮਰਿਆ ਸਮਝ ਕੇ ਦੋਨਾਂ ਨੇ ਆਪਣੇ ਸਿਰ 'ਚ ਗੋਲੀਆਂ ਮਾਰ ਲਈਆਂ ਹੋਣ ਅਤੇ ਮੌਤ ਨੂੰ ਗੱਲ ਲਾਇਆ ਹੋਵੇ। ਪੁਲਿਸ ਵੱਲੋਂ ਇਹ ਬਿਆਨ ਦਿੱਤੇ ਜਾਣ ਤੋਂ ਬਾਅਦ ਗੈਂਗਸਟਰਾਂ ਦੇ ਪਰਿਵਾਰ ਦੇ ਵੱਲੋਂ ਇਸ ਨੂੰ ਫੇਕ ਐਨਕਾਊਂਟਰ ਕਿਹਾ ਗਿਆ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਕੇਸ ਵੀ ਫਾਈਲ ਕੀਤਾ ਗਿਆ ਸੀ, ਜਿਸ ਨੂੰ ਅੱਜ ਦੇ ਸਮੇਂ 'ਚ ਕਰੀਬ 7 ਸਾਲ ਹੋਣ ਨੂੰ ਆਏ ਨੇ, ਪਰ ਇਹ ਕੇਸ ਕਿੱਥੋਂ ਤੱਕ ਪਹੁੰਚਿਆ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਿਕਲ ਕੇ ਨਹੀਂ ਆਈ। ਐਨਕਾਊਂਟਰ ਸਮੇਂ ਇਹਨਾਂ ਗੈਂਗਸਟਰਾਂ ਕੋਲੋਂ .315 ਦੀ ਰਾਈਫਲ, ਉਸਦੇ 6 ਰਾਊਂਡ, 3 ਪਿਸਟਲ, 85 ਰਾਊਂਡ, .32 ਬੋਰ ਦਾ ਰਿਵੋਲਵਰ, 1 ਸਕੋਰਪੀਓ ਗੱਡੀ, 2 ਮੋਬਾਈਲ ਫੋਨ ਅਤੇ 20,000 ਕੈਸ਼ ਬਰਾਮਦ ਕੀਤਾ ਗਿਆ। ਐਨਕਾਊਂਟਰ ਵੇਲੇ ਬੰਟੀ ਢਿੱਲੋਂ ਦੀ ਉਮਰ 22 ਸਾਲ, ਜੰਪੀ ਡਾਊਨ ਦੀ 27 ਸਾਲ ਅਤੇ ਨਿਸ਼ਾਨ ਸਿੰਘ ਦੀ ਉਮਰ ਮਹਿਜ 23 ਸਾਲਾਂ ਦੀ ਸੀ। ਸੋ ਇਹ ਸੀ ਇਨਫੋਰਮੇਸ਼ਨ ਦਵਿੰਦਰ ਬੰਬੀਹਾ ਦੇ ਨਾਲ ਜੁੜੇ 3 ਗੈਂਗਸਟਰਾਂ ਦੇ ਬਾਰੇ, ਅਤੇ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ। ਉਦੋਂ ਤੱਕ ਜੁੜੇ ਰਹੋ ਚੈਨਲ PMA ਨਿਊਜ਼ ਦੇ ਨਾਲ।